ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਸਟਾਰ ਟੀਵੀ ਮੈਂ ਸੁਖਪਾਲ ਸਿੰਘ ਔਲਖ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਡਿਸਕਸ਼ਨ ਔਰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਦੀ ਪੰਜਾਬ ਸਰਕਾਰ ਵਿੱਚ ਉਜਾਗਰ ਹੋਏ ਇੱਕ ਨਵੇਂ ਘਟਾਲੇ ਦੀ ਇਸ ਤੋਂ ਇਲਾਵਾ ਗੱਲ ਹੋਵੇਗੀ ਅਕਾਲ ਤਖਤ ਸਾਹਿਬ ਤੋਂ ਨਵੇਂ ਜੋ ਫਰਮਾਨ ਜਾਰੀ ਹੋਏ ਨੇ ਉਹਨਾਂ ਦੀ ਔਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ ਜੋ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਆਇਆ ਉਸ ਦੀ ਬੀਤੇ ਦਿਨੀ ਅਕਾਲ ਤਖਤ ਸਾਹਿਬ ਵਿਖੇ ਪੰ ਸਿੰਘ ਸਾਹਿਬਾਨ ਦੀ ਇੱਕ ਵਿਸ਼ੇਸ਼ ਕਤਰਤਾ ਹੋਈ ਜਿਸ ਵਿੱਚ ਕਈ ਪੰਥਕ ਮਸਲੇ ਵਿਚਾਰੇ ਗਏ ਔਰ ਵੱਖ-ਵੱਖ ਮੁੱਦਿਆਂ ਤੇ ਵੱਖ-ਵੱਖ ਹੁਕਮਨਾਮੇ ਆਦੇਸ਼ ਕਾਲ ਤੱਕ ਸਹਿਬ ਵੱਲੋਂ ਜਾਰੀ ਕੀਤੇ ਗਏ ਔਰ ਇਹਨਾਂ ਵਿੱਚੋਂ ਇੱਕ ਅਹਿਮ ਆਦੇਸ਼ ਜੋ ਰঞ্জੀਤ ਸਿੰਘ ਢਡਰੀਆਂ ਵਾਲੇ ਸਿੱਖ ਪ੍ਰਚਾਰਕ ਨੇ ਉਹਨਾਂ ਬਾਰੇ ਹੈ ਰঞ্জੀਤ ਸਿੰਘ ਢਡਰੀਆਂ ਵਾਲੇ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਵੱਡੇ ਸਿੱਖ ਪ੍ਰਚਾਰਕ ਵਜੋਂ ਉਹਨਾਂ ਦਾ ਨਾਮ ਹੈ ਪਿਛਲੇ ਲਗਭਗ 1 ਦਹਾਕੇ ਤੋਂ ਉਹ ਆਪਣੀ ਦੀਵਾਨ ਲਾਉਂਦੇ ਨੇ ਦੇਸ਼ ਅੰਦੇਸ਼ਾਂ 'ਚ ਪ੍ਰਚਾਰ ਕਰਨ ਜਾਂਦੇ ਰਹੇ ਹੈ ਔਰ ਅਲੱਗ-ਅਲੱਗ ਸਮਿਆਂ ਤੇ ਅਲੱਗ-ਅਲੱਗ ਵਿਵਾਦ ਉਹਨਾਂ ਨਾਲ ਜੁੜਦੇ ਰਹੇ ਐ ਔਰ ਕਈ ਸਿੱਖ ਜਥੇਬੰਦੀਆਂ ਉਹਨਾਂ ਖਿਲਾਫ ਸ਼ਿਕਾਇਤ ਕਰ ਚੁੱਕੀਆਂ ਕਾਲ ਤਖਤ ਸਾਹਿਬ ਕੋਲ ਔਰ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਮਹੀਨੇ ਪਹਿਲਾਂ ਹਰਜੀਤ ਸਿੰਘ ਢੜਰੀਆਂ ਵਾਲਿਆਂ ਦੇ ਪ੍ਰਚਾਰ ਸਬੰਧੀ ਵੀ ਉਹਨਾਂ ਨੇ ਕੀ ਕੁਝ ਕੀਤਾ ਕਿਹੜੀਆਂ ਗੱਲਾਂ ਨੂੰ ਲੈ ਕੇ ਸਿੱਖ ਸੰਗਤਾਂ ਦਾ ਇਤਰਾਜ਼ ਹੈ ਉਸ ਸਬੰਧੀ ਇੱਕ ਵਿਦਵਾਨਾਂ ਦੀ ਜਾਂਚ ਕਮੇਟੀ ਬਣਾਈ ਸੀ ਔਰ ਉਸ ਜਾਂਚ ਕਮੇਟੀ ਨੇ ਲਗਭਗ ਤਿੰਨ ਵਾਰ ਹਰਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸੱਦਿਆ ਸੀ ਕਾਲ ਕੀਤੀ ਸੀ ਗੱਲਬਾਤ ਕਰਨ ਲਈ ਔਰ ਉਸ ਜਾਂਚ ਕਮੇਟੀ ਅੱਗੇ ਹਰਜੀਤ ਸਿੰਘ ਢੱਡਰੀਆਂ ਵਾਲੇ ਪੇਸ਼ ਨਹੀਂ ਹੋਏ ਹਰਜੀਤ ਸਿੰਘ ਢੱਡਰੀਆਂ ਵਾਲੇ ਦਾ ਸਾਫ਼ ਕਹਿਣਾ ਸੀ ਕਿ ਇਹ ਜਾਂਚ ਕਮੇਟੀ ਪੱਖਪਾਤੀ ਹੈ ਔਰ ਕੁਝ ਵੀ ਕਹਿਣ ਉਹਨਾਂ ਨੂੰ ਕਮੇਟੀ ਤੇ ਭਰੋਸਾ ਨਹੀਂ ਹੈ ਔਰ ਇਸ ਤੋਂ ਬਾਅਦ ਇਹ ਮਾਮਲਾ ਕਾਫੀ ਹੱਦ ਤੱਕ ਲਟਕਦਾ ਰਿਹਾ ਪਰ ਇਸ ਮਾਮਲੇ ਤੇ ਹੁਣ ਜੋ ਬੀਤੇ ਦਿਨੀ ਅਕਾਲ ਤਖਤ ਸਾਹਿਬ ਵਿਖੇ ਪੰਨ ਸਿੰਘ ਸਹਿਬਾਨਾਂ ਦੀ ਇਕਤਰਤਾ ਹੋਈ ਉਸ ਵਿੱਚ ਸਖਤ ਫੈਸਲਾ ਦਿੰਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਮਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ ਇੱਕ ਹੁਕਮਨਾਮਾ ਜਾਰੀ ਕੀਤਾ ਉਹਨਾਂ ਗਿਆ ਕਿ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਇਹ ਸਾਬਤ ਹੁੰਦਾ ਹੈ ਕਿ ਜੋ ਵੀ ਉਹਨਾਂ ਨੇ ਪੰਥ ਵਿਰੋਧੀ ਜਾਂ ਗੁਰਮਤ ਵਿਰੋਧੀ ਬਿਆਨਬਾਜ਼ੀ ਕੀਤੀ ਹੈ ਉਸ ਲਈ ਜਦੋਂ ਤੱਕ ਤਨਜੀ ਸਿੰਘ ਟੜਰੀਆਂ ਵਾਲੇ ਕਾਲ ਤੱਕ ਸਾਹਿਬ ਤੇ ਖੁਦ پیش ਹੋ ਕੇ ਮਾਫੀ ਨਹੀਂ ਮੰਗ ਲੈਂਦੇ ਉਦੋਂ ਤੱਕ ਉਹਨਾਂ ਦੇ ਸਮਾਗਮ ਨਾ ਕਰਵਾਏ ਜਾਣ ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਜੇਕਰ ਤਨਜੀਤ ਸਿੰਘ ਟੜਰੀਆਂ ਵਾਲਿਆਂ ਦੇ ਕੋਈ ਵੀ ਸਮਾਗਮ ਕਰਵਾਉਂਦਾ ਤਾਂ ਉੱਥੇ ਵਾਪਰਨ ਵਾਲੀ ਜੋ ਕੋਈ ਵੀ ਅਨਸੁਖਾਵੀ ਘਟਨਾ ਉਸ ਲਈ ਪ੍ਰਬੰਧਕ ਜਾਂ ਜੀ ਸੰਟਟਰੀਆਂ ਵਾਲੇ ਹੀ ਜ਼ਿੰਮੇਵਾਰ ਹੋਣਗੇ ਕਹਿਣ ਤੋਂ ਭਾਵ ਕਿ ਜਾਂਚ ਜੋ ਕਮੇਟੀ ਸੀ ਉਸ ਦੀ ਰਿਪੋਰਟ ਦੇ ਅਧਾਰ ਤੇ ਕਿਤੇ ਨਾ ਕਿਤੇ ਅਕਾਲ ਤਖਸੈਬ ਨੇ ਹਰਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਦੋਸ਼ੀ ਜੋ ਅਲਾਨ ਦਿੱਤਾ ਕਿਉਂਕਿ ਜੇ ਮਾਫੀ ਮੰਗਣ ਲਈ ਕਿਹਾ ਤਾਂ ਸੁਭਾਵਿਕ ਹੈ ਕਿ ਮਾਫੀ ਉਹੀ ਮੰਗਦਾ ਜੋ ਦੋਸ਼ੀ ਹੁੰਦਾ ਔਰ ਇਸ ਤੋਂ ਬਾਅਦ ਇੱਕ ਤਿੱਖਾ ਪ੍ਰਤੀਕਰਮ ਹਰਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਵੀ ਸਾਹਮਣੇ ਆਇਆ ਵੱਖ-ਵੱਖ মিডিਆ ਆਧਾਰਿਆਂ ਨੂੰ ਰੂਪਰੂਪ ਹੁੰਦੇ ਆਂ ਹਰਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਹਨਾਂ ਨੂੰ ਇਹ ਪਤਾ ਸੀ ਕਿ ਫੈਸਲਾ ਆਵੇਗਾ ਉਹਨਾਂ ਨੇ ਇੱਕ ਵਾਰ ਫਿਰ ਅਕਾਲ ਤਖਸੈਬ ਦੇ ਅਧਿਕਾਰ ਨੂੰ ਚੁਣਾਲ ਜੰਦਿਆਂ ਕਿਹਾ ਕਿ ਉਹ ਇਹ ਦਾ ਸਾਬਤ ਕਰ ਦੇਣ ਉਹਨਾਂ ਨੇ ਇਹ ਫਲਾਨੀ ਗੱਲ ਗੁਰਮਤ ਵਿਰੋਧੀ ਕਹੀ ਹੈ ਤਾਂ ਉਹ ਲੰਮੇ ਪੈ ਕੇ ਕਾਲ ਤਖਤ ਦਾ ਉਹ ਵੀ ਮਾਫੀ ਮੰਗਣਗੇ ਅਤੇ ਜਥੇਦਾਰ ਸਾਹਿਬ ਤੋਂ ਵੀ ਮਾਫੀ ਮੰਗਣਗੇ ਹੁਣ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪੰਥਕ ਧਿਰਾਂ ਦੇ ਤੇ ਬੁੱਧੀਜੀਵੀਆਂ ਦੇ ਆਪੋ ਆਪਣੇ ਵਿਚਾਰ ਨੇ ਪੰਥਕ ਬੁੱਧੀਜੀਵੀ ਇਹ ਵੀ ਕਹਿ ਰਹੇ ਨੇ ਕਿ ਫੈਸਲਾ ਇੱਕ ਪਾਸੜ ਅਤੇ ਇੱਕ ਸੰਸਥਾ ਦੇ ਦਬਾਤ ਤਹਿਤ ਹੋਇਆ ਔਰ ਇਸ ਤੋਂ ਇਲਾਵਾ ਇੱਕ ਢੜਾ ਉਹ ਵੀ ਹੈ ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਜੇ ਰਣਜੀਤ ਸਿੰਘ ਢੜਨੀਆਂ ਵਾਲੇ ਵਿਚਾਰਾਂ ਦੇ ਹਾਮੀ ਨੇ ਜੇ ਉਹ ਚਾਹੁੰਦੇ ਨੇ ਕਿ ਟਕਰਾਅ ਨਾ ਹੋਵੇ ਤਾਂ ਤਿੰਨ ਵਾਰ ਸਮਨ ਦੇਣ ਦੇ باوجود ਉਹ ਜਾਂਚ ਕਮੇਟੀ ਅੱਗੇ ਪੇਸ਼ ਕਿਉਂ ਨਹੀਂ ਹੋਏ ਇੱਕ ਵਾਰ ਤਾਂ ਸਮਾਂ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਜੋ ਪਰਮੇਸ਼ਰ ਦਵਾਰ ਸਾਹਿਬ ਗੁਰਦੁਆਰਾ ਉਸ ਦੇ ਨੇੜੇ ਪੈਂਦੇ ਪਟਿਆਲਾ ਵਿਖੇ ਦਿੱਤਾ ਗਿਆ ਸੀ ਕਿ ਜੇਕਰ ਉਹ ਅੰਮ੍ਰਿਤਸਰ ਜਾਂ ਕਿਸੇ ਹੋਰ ਜਗ੍ਹਾ ਤੇ ਨਹੀਂ ਆ ਸਕਦੇ ਘੱਟੋ ਘੱਟ ਪਟਿਆਲਾ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖ ਸਕਦੇ ਨੇ ਤਾਂ ਉਹਨਾਂ ਬੁੱਧੀਜੀਵੀਆਂ ਤੇ ਇੱਕ ਧੜੇ ਦਾ ਇਹ ਕਹਿਣਾ ਕਿ ਨੇਕ ਸਿੰਘ ਟੰਡਰੀਆਂ ਵਾਲਿਆਂ ਨੂੰ ਵੱਖ-ਵੱਖ ਦਿੱਤੇ ਗਏ ਸਮਨ ਦੇ ਆਧਾਰ ਤੇ ਉੱਥੇ ਜਾਂਚ ਕਮੇਟੀ ਨੂੰ ਮਿਲਣਾ ਚਾਹੀਦਾ ਸੀ ਆਪਣਾ ਪੱਖ ਰੱਖਣਾ ਚਾਹੀਦਾ ਸੀ ਉਸ ਤੋਂ ਬਾਅਦ ਜੋ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਉਸ ਦਾ ਨਵੇੜਾ ਸੰਗਤ ਖੁਦ ਕਰਦੇ ਹੁਣ ਇਸ ਮਾਮਲੇ 'ਚ ਕੁਝ ਲੋਕੇ ਵੀ ਕਹਿ ਰਹੇ ਨੇ ਕਿ ਰঞ্জੀਤ ਸਿੰਘ ਢਡਰੀਆਂ ਵਾਲੇ ਬੇਸ਼ੱਕ ਦੋਸ਼ੀ ਹੋਣ ਜਾਂ ਨਾ ਹੋਣ ਇਹ ਇੱਕ ਵੱਖਰੀ ਗੱਲ ਹੈ ਪਰ ਰঞ্জੀਤ ਸਿੰਘ ਢਡਰੀਆਂ ਵਾਲੇ ਵੱਲੋਂ ਬੀਤੇ ਸਮੇਂ 'ਚ ਉਠਾਏ ਗਏ ਸਵਾਲ ਜਿਨ੍ਹਾਂ ਵਿੱਚ ਕੁਝ ਧਾਰਮਿਕ ਗ੍ਰੰਥਾਂ ਦਾ ਮੁੱਦਾ ਵੀ ਹੈ ਉਸ ਦਾ ਜਵਾਬ ਅਜੇ ਤੱਕ ਕਾਲ ਤਖਤ ਜਾਂ ਹੋਰ ਬੁੱਧੀਜੀਵੀ ਵੱਲੋਂ ਕਿਉਂ ਨਹੀਂ ਦਿੱਤਾ ਜਾਂਦਾ ਇਹ ਜੋ ਕਸ਼ਮਕਸ਼ਾ ਲਗਭਗ ਕਈ ਸਾਲਾਂ ਤੋਂ ਚੱਲ ਰਹੀ ਹੈ ਜਿਸ ਵਿੱਚ ਰਣਜੀਤ ਸਿੰਘ ਢਡਰੀਆਂ ਵਾਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਖੁੱਲੀ ਡਿਬੇਟ ਦਾ ਜੋ ਆਸੱਦਾ ਦੇ ਤੁੱਕੇ ਹੈ ਪਰ ਸਿੱਖ ਬੁੱਧੀਜੀਵੀਆਂ ਦਾ ਇਹ ਵੀ ਮੰਨਣਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਸੇ ਇੱਕ ਵਿਅਕਤੀ ਲਈ ਕਿਸੇ ਚੈਨਲ ਤੇ ਬਹਿ ਕੇ ਬਹਿਸ ਕਰਨ ਇਹ ਵੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਇੱਕ ਤਰ੍ਹਾਂ ਦੀ ਚੁਣੌਤੀ ਹੈ ਖੈਰ ਇਸ ਬਾਰੇ ਲੋਕਾਂ ਦੇ ਬੁੱਧੀਜੀਵੀਆਂ ਦੇ ਤੇ ਵੱਖ-ਵੱਖ ਢੜਿਆਂ ਦੇ ਆਪਣੇ ਵਿਚਾਰ ਨੇ ਹਰੇਕ ਨੂੰ ਸੋਚਣ ਦੀ ਬੋਲਣ ਦੀ ਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਪਰ ਹੁਣ ਜਦੋਂ ਅਕਾਲ ਤਖਤ ਸਾਹਿਬ ਸਿੱਖਾਂ ਦਾ ਇੱਕ ਸੁਪਰੀਮ ਤਖਤ ਹੈ ਸਰਬੱਚ ਉੱਚ ਸੰਸਥਾ ਹੈ ਤਾਂ ਉਸ ਵੱਲੋਂ ਢੱਡਰੀਆਂ ਵਾਲਿਆਂ ਦੇ ਸਮਾਗਮਾਂ ਤੇ ਰੋਕ ਲਾਉਣਾ ਇੱਕ ਵੱਡੀ ਖਬਰ ਵੀ ਹੈ ਤੇ ਵੱਡੀ ਘਟਨਾ ਵੀ ਹੈ ਆਉਣ ਵਾਲੇ ਦਿਨਾਂ 'ਚ ਇਹ ਗੱਲ ਕਿਸ ਪਾਸੇ ਮੋੜ ਲਵੇਗੀ ਇਹ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਰਣਜੀਤ ਸਿੰਘ ਢੱਡਰੀਆਂ ਵਾਲੇ ਔਰ ਅਕਾਲ ਤਖਤ ਸਾਹਿਬ ਦੇ ਦਸਤਿਹਾਰ ਜੋ ਨੇ ਉਹ ਆਮੋ ਸਾਹਮਣੇ ਨੇ ਜੀ ਸਿੰਘ ਢੱਡਰੀਆਂ ਵਾਲ ਦਾ ਸਾਫ਼ ਕਹਿਣਾ ਕਿ ਉਹਨਾਂ ਨੂੰ ਦੋਸ਼ੀ ਸਾਬਤ ਕਰ ਦੇਣ ਕਿਸੇ ਵੀ ਆਧਾਰ ਤੇ ਤਾਂ ਉਹ ਲੰਮੇ ਪੈ ਕੇ ਮਾਫੀ ਮੰਗਣ ਨੂੰ ਤਿਆਰ ਨੇ ਹੁਣ ਅਸੀਂ ਗੱਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ ਪਾਵਨ ਸਰੂਪਾਂ ਦੇ ਜੋ ਪੀਤੇ ਦਿਨੀ ਇੱਕ ਖਬਰ ਸਾਹਮਣੇ ਆਈ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਅੰਮ੍ਰਿਤਸਰ ਦੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਲਾਪਤਾ ਹੋ ਗਏ ਸੀ 2015 ਵਿੱਚ ਔਰ ਉਸ ਤੋਂ ਬਾਅਦ ਲਗਾਤਾਰ ਮੰਗ ਉਠੇ ਸੀ ਕੇਸ ਮਾਮਲੇ ਦੀ ਜਾਂਚ ਕਾਲ ਤਖਸਾਹਬ ਆਪਣੇ ਪੱਧਰ ਤੇ ਕਰਾਏ ਇਸ ਤੋਂ ਬਾਅਦ ਕਾਲ ਤਖਸਾਹਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਨੇ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿੱਚ ਕੁਝ ਵਕੀਲ ਅਤੇ ਜੱਜ ਸਿੱਖ ਜੱਜ ਸ਼ਾਮਲ ਸੀ ਉਹਨਾਂ ਨੇ ਜਲਦੀ ਤੋਂ ਜਲਦੀ ਆਪਣੀ ਰਿਪੋਰਟ ਦਿੱਤੀ ਉਸ ਤੇ ਕਾਰਵਾਈ ਕਰਦੇ ਆਂ ਕਾਲ ਤਖਸਾਹਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਵੀ ਤਦਨਿਕਾਤਰਤਾ ਹੋਈ ਸੀ ਇਸ ਵਿੱਚੋਂ ਮਾਮਲਾ ਵਿਚਾਰਿਆ ਗਿਆ ਉਹਨਾਂ ਨੇ ਕਿਹਾ ਕਿ ਜੇ ਸਰੂਪ ਗੁੰਮ ਹੋਏ ਨੇ ਉਹਨਾਂ ਦੀ ਗਿਣਤੀ 300 ਤੋਂ ਵੱਧ ਹੈ ਔਰ ਇਸ ਤੋਂ ਬਾਅਦ ਸਿੱਖ ਹਲਕਿਆਂ 'ਚ ਹੋਰ ਵੀ ਚਰਚਾ ਸ਼ੁਰੂ ਹੋ ਗਈ ਸੀ ਕਿਉਂਕਿ ਸਿੱਖ ਹਲਕੇ ਪਹਿਲਾਂ ਹੀ ਇਹ ਦਾਅਵਾ ਕਰ ਰਹੇ ਸੀ ਕਿ ਇਹਨਾਂ ਸਰੂਪਾਂ ਬਾਰੇ ਕੋਈ ਮਾਨ ਘਟਤ ਘਟਨਾ ਘੜੀ ਜਾਵੇਗੀ ਜਾਂ ਕੋਈ ਹੋਰ ਨਵੀਂ ਕਹਾਣੀ ਪੇਸ਼ ਕੀਤੀ ਜਾਵੇਗੀ ਪਰ ਅਜਿਹਾ ਕੁਝ ਨਹੀਂ ਹੋਇਆ ਪਰ ਕਾਲ ਤੱਕ ਸਹਿਬ ਤੇ ਪੁੱਜੀ ਜਾਂਚ ਰਿਪੋਰਟ ਵਿੱਚ ਸਪਸ਼ਟ ਰੂਪ ਵਿੱਚ ਕਿਹਾ ਗਿਆ ਕਿ ਇਹ ਇੱਕ ਬੇਈਮਾਨੀ ਦਿੱਤਾ ਹੈ ਤੇ ਧੋਖੇ ਦਿੱਤਾ ਹੈ ਤੇ ਸਰੂਪ ਲਾਭਤਾ ਕੀਤੇ ਗਏ ਆ ਹਾਲਾਂਕਿ ਇਸ ਵਿੱਚ ਕੋਈ ਬਹੁਤਾ ਵਿਸਥਾਰ ਨਾਲ ਵਰਣਨ ਨਹੀਂ ਕੀਤਾ ਗਿਆ ਕਿ ਜ਼ਿੰਮੇਵਾਰ ਕੌਣ ਨੇ ਪਰ ਜਾਂਚ ਰਿਪੋਰਟ ਆਉਣ ਤੋਂ ਬਾਅਦ ਕੱਲ ਤੱਕ ਸਾਬਕਾ ਹੀ ਪੰ ਸਿੰਘ ਸਰਬੰਦ ਦੇ ਅਕਤਤ ਵਿੱਚ ਸ਼ਰੋਣੀ ਕਮੇਟੀ ਨੂੰ ਇਹ ਸਪਸ਼ਟ ਆਦੇਸ਼ ਦਿੱਤਾ ਗਿਆ ਕਿ ਇਸ ਲਈ ਜੋ ਜੋ ਵੀ ਅਧਿਕਾਰੀ ਜ਼ਿੰਮੇਵਾਰ ਹੈ ਉਹਨਾਂ ਖਿਲਾਫ ਵਿਭਾਗੀ ਕਾਰਵਾਈ ਸ਼ਰੋਣੀ ਕਮੇਟੀ ਕਰੇ ਨਾ ਸਿਰਫ ਵਿਭਾਗੀ ਕਾਰਵਾਈ ਕਰੇ ਬਲਕਿ ਕਾਨੂੰਨੀ ਕਾਰਵਾਈ ਵੀ ਕਰੇ ਗੁਰਦੁਆਰਾ ਆਮਸਰ ਸਾਹਿਬ ਦੁਨੀਆ ਵਿੱਚ ਇੱਕੋ ਇੱਕ ਇਕਲੌਤੀ ਥਾਂ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਹੁੰਦੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਕੋਲੇ ਸਿਰਫ ਅਧਿਕਾਰ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਕਰ ਸਕਦੀ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਪ੍ਰਿੰਟਿੰਗ ਪ੍ਰੈਸ ਲੱਗਿਆ ਹੋਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਮਰਿਆਦ ਅਨੁਸਾਰ ਛਪਾਈ ਹੁੰਦੀ ਹੈ 2015 ਵਿੱਚ ਸ਼ਰੋਣੀ ਕਮੇਟੀ ਦਾ ਹੀ ਹਿੱਸਾ ਰਏ ਇੱਕ ਅਧਿਕਾਰੀ ਨੇ ਇਸ ਗੱਲ ਬਾਰੇ ਖੁਲਾਸਾ ਕੀਤਾ ਸੀ ਕਿ ਇਸ ਤਰ੍ਹਾਂ ਸੈਂਕੜੇ ਸਰੂਪ ਉੱਥੋਂ ਲਾਪਤਾ ਹੋਏ ਨੇ ਅਤੇ ਕੁਝ ਸਰੂਪ ਸ਼ਰੋਣੀ ਕਮੇਟੀ ਦੇ ਉੱਚ ਅਧਿਕਾਰੀਆਂ ਵੱਲੋਂ ਕਹਿਣ ਤੇ ਬਿਨਾਂ ਰਿਕਾਰਡ 'ਚ ਦਰਜ ਕੀਤੇਆਂ ਵੱਖ-ਵੱਖ ਥਾਵਾਂ ਤੇ ਭੇਜੇ ਗਏ। ਔਰ ਇਸ ਮਾਮਲੇ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਕਾਰਵਾਈ ਕਰਦਿਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨ ਇੱਕ ਹੰਗਾਮੀ ਮੀਟਿੰਗ ਅੰਤਰਕਮੇਟੀ ਦੇ ਸਦੈਂਸੀ ਗੁਰਦੁਆਰਾ ਗੁਰੂ ਰਾਮਦਾਸ ਹਸਪੀਟਲ ਵੱਲੋਂ ਵਿਖੇ ਉਸ ਵਿੱਚ ਵਿਭਾਗੀ ਕਾਰਵਾਈ ਕਰਦਿਆਂ ਸ਼ਰੋਣੀ ਕਮੇਟੀ ਨੇ ਕਈ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਬਕਾਇਦਾ ਇੱਕ ਲਿਸਟ ਜਾਰੀ ਕੀਤੀ ਗਈ ਹੈ ਕਿ ਕਿਹੜੇ-ਕਿਹੜੇ ਅਧਿਕਾਰੀਆਂ ਖਿਲਾਫ ਕਿਹੜੀ-ਕਿਹੜੀ ਕਾਰਵਾਈ ਕੀਤੀ ਗਈ ਹੈ। ਕੁਝ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ ਹੈ, ਕੁਝ ਨੂੰ ਸਸਪੈਂਡ ਕੀਤਾ ਗਿਆ ਅਤੇ ਕੁਝ ਖਿਲਾਫ ਫੌਜੀਦਾਰੇ ਮੁਕਾਦਮੇ ਦਰਜ ਕਰਨ ਦੀ ਗੱਲ ਕਹੀ ਗਈ ਹੈ। ਇਹਨਾਂ ਵਿੱਚ ਕਈ ਵੱਡੇ ਚਿਹਰੇ ਨੇ ਸਾਬਕਾ ਮੁਖ ਸਕੱਤਰ ਹਰਚਰਨ ਸਿੰਘ ਦਾ ਨਾਮ ਇਸ ਵਿੱਚ ਸ਼ਾਮਲ ਹੈ। ਜਿੰਨਾ ਖਿਲਾਫ ਫੌਜੇਦਾਰੀ ਮੁਕੱਦਮਾ ਚਲਾਉਣ ਦੀ ਗੱਲ ਸ਼ਰੌਨੀ ਗੁਰਦੁਆਰ ਬੰਦੋ ਕਮੇਟੀ ਦੇ ਪ੍ਰਧਾਨ ਗੋਮਨ ਸਿੰਘ ਲੰਗੋਵਾਲ ਨੇ ਕਹੀ ਹੈ ਹੁਣ ਇਹ ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਰੌਨੀ ਕਮੇਟੀ ਬੇਸ਼ੱਕ ਵਿਭਾਗੀ ਜਾਂ ਕਾਨੂੰਨੀ ਕਾਰਵਾਈ ਦੀ ਗੱਲ ਕਰ ਰਹੀ ਹੈ ਪਰ ਇਸ ਵਿੱਚ ਇੱਕ ਵੱਡਾ ਚਿਹਰਾ ਵੱਡਾ ਨਾਮ ਡਾਕਟਰ ਰੋਪ ਸਿੰਘ ਦਾ ਵੀ ਹੈ ਜੋ ਮੁੱਖ ਸਕੱਤਰ ਨੇ ਕੁਝ ਸਮਾਂ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਇਸ ਜੋ ਕੱਲ ਮੀਟਿੰਗ ਹੋਈ ਹੰਗਾਮੀ ਮੀਟਿੰਗ ਵਿੱਚ ਸਿਰਫ ਉਹਨਾਂ ਦਾ ਅਸਤੀਫਾ ਪ੍ਰਵਾਨ ਕਰਨ ਦੀ ਗੱਲ ਕਹੀ ਗਈ ਕਿਉਂਕਿ ਡਾਕਟਰ ਰੂਪ ਸਿੰਘ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਵਿੱਚ ਤਾਇਨਾਤ ਨੇ ਤਾਂ ਉਹਨਾਂ ਖਿਲਾਫ ਵਿਭਾਗੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਹ ਕੁਝ ਸਿੱਖ ਹਲਕਿਆਂ ਦਾ ਦਾਅਵਾ ਹੈ ਤੇ ਮੰਗ ਵੀ ਹੈ ਕਿ ਡਾਕਟਰ ਰੂਪ ਸਿੰਘ ਨੂੰ ਵੀ ਜਾਂਚ ਵਿੱਚ ਸ਼ਾਮਲ ਕਰਕੇ ਉਹਨਾਂ ਖਿਲਾਫ ਵੀ ਜੋ ਕਾਰਵਾਈ ਹੈ ਉਹ ਕੀਤੀ ਜਾਵੇ ਸਿਰਫ ਡਾਕਟਰ ਰੂਪ ਸਿੰਘ ਦਾ ਅਸਤੀਫਾ ਪ੍ਰਵਾਨ ਕਰਨ ਨਾਲ ਗੱਲ ਨਹੀਂ ਬਣੇਗੀ ਹੁਣ ਇਸ ਤੋਂ ਵੀ ਅੱਗੇ ਜੋ ਵੱਡਾ ਸਵਾਲ ਹੈ ਉਹ ਹਰ ਇੱਕ ਸਿੱਖ ਦਾ ਹੈ ਜੋ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਛਾਦਾ ਰੱਖਦਾ ਦੁਨੀਆ 'ਚ ਕਿਸੇ ਵੀ ਕੋਨੇ ਵਿੱਚ ਬੈਠਾ ਹੈ ਬਸ ਤਾਂ ਵੱਡਾ ਸਵਾਲ ਸ਼ਰੋਣੀ ਕਮੇਟੀ ਨੂੰ ਹੋਇਆ ਕਿ ਜਦੋਂ ਕਾਲ ਤੱਕ ਸਾਹਿਬ ਜਾਂਚ ਰਿਪੋਰਟ ਨੂੰ ਸਹੀ ਮੰਨ ਕੇ ਆਦੇਸ਼ ਤੇ ਚੁੱਕਿਆ ਕਿ 300 ਤੋਂ ਵੱਧ ਸਰੂਪ ਲਾਪਤਾ ਨੇ ਤਾਂ ਉਹ ਆਖਾ ਸਰੂਪ ਹੈ ਕਿੱਥੇ ਇਸ ਬਾਰੇ ਸ਼ਰੋਣੀ ਕਮੇਟੀ ਨੇ ਬੀਤੇ ਦਿਨ ਹੋਈ ਮੀਟਿੰਗ ਵਿੱਚ ਕੋਈ ਵੀ ਗੱਲ ਸਪਸ਼ਟ ਨਹੀਂ ਕੀਤੀ ਕਿ ਆਖਰ 300 ਤੋਂ ਵੱਧ ਸਰੂਪ ਗਏ ਕਿੱਥੇ ਕਿਸ ਦੇ ਕੈਨ ਤੇ ਕਿਹੜੇ ਡੇਰਿਆਂ ਨੂੰ ਜਾਂ ਕਿਹੜੇ ਗੁਰਦੁਆਰਿਆਂ ਨੂੰ ਜਾਂ ਕਿਹੜੀਆਂ ਸੰਸਥਾਵਾਂ ਨੂੰ ਸਪਲਾਈ ਕੀਤੇ ਗਏ ਜੇਕਰ ਉਹ ਗੁਰਦੁਆਰੇ ਸਹਿਬਾਨਾਂ ਵਿੱਚ ਸਰੂਪ ਨਹੀਂ ਪਹੁੰਚੇ ਤਾਂ ਉਹ ਸਰੂਪ ਆਖਰ ਹੁਣ ਹੈ ਕਿੱਥੇ ਜਦੋਂ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤਾਂ ਇਹ ਵੀ ਵੱਡੀ ਮੰਗ ਉੱਠੀ ਸੀ ਕਿ ਸਰੂਪਾਂ ਦੀ ਗਿਣਤੀ ਬਾਰੇ ਸ਼੍ਰੋਣੀ ਕਮੇਟੀ ਨੂੰ ਰਿਕਾਰਡ ਰੱਖਣਾ ਚਾਹੀਦਾ ਕਿ ਜਦੋਂ ਵੀ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਸੇ ਵੀ ਗੁਰਦੁਆਰਾ ਕਮੇਟੀ ਨੂੰ ਜਾਂ ਕਿਸੇ ਡੇਰੇ ਨੂੰ ਦਿੱਤਾ ਜਾਂਦਾ ਤਾਂ ਉਸ ਦੇ ਜੋ ਰਹਿਤ ਮਰਿਆਦਾ ਦਾ ਜਾਂ ਰੱਖ-ਰਖਾਅ ਦਾ ਖਿਆਲ ਹੈ ਸ਼੍ਰੋਣੀ ਕਮੇਟੀ ਪਹਿਲਾਂ ਉੱਥੇ ਜਾ ਕੇ ਚੈੱਕ ਕਰੇ ਔਰ ਉਸ ਤੋਂ ਬਾਅਦ ਹੀ ਜੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉਹ ਕਮੇਟੀ ਨੂੰ ਜਾਂ ਗੁਰਦੁਆਰੇ ਨੂੰ ਦਿੱਤਾ ਜਾਵੇ ਪਰ ਹੁਣ ਇਹ ਸਵਾਲ ਸਿੱਖ ਸੰਗਤਾਂ ਪੁੱਛ ਰਹੀਆਂ ਸ਼ਰੌਣੀ ਕਮੇਟੀ ਨੂੰ ਕਿ ਉਹਨਾਂ 300 ਤੋਂ ਵੱਧ ਲਾਪਤਾ ਹੋਏ ਸਰੂਪਾਂ ਬਾਰੇ ਸ਼ਰੌਣੀ ਕਮੇਟੀ ਚੁੱਪ ਕਿਉਂ ਹੈ ਇਸ ਦਾ ਜਵਾਬ ਸ਼ਰੌਣੀ ਕਮੇਟੀ ਨੂੰ ਜ਼ਰੂਰ ਦੇਣਾ ਪਵੇਗਾ ਇਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਔਰ ਦੁਨੀਆ ਭਰ ਵਿੱਚ ਵਸਦਾ ਕੋਈ ਵੀ ਨਾਨਕ ਨਾਮ ਲੈਵਾ ਸਿੱਖ ਹੈ ਉਹ ਇਹ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ ਪਾਵਨ ਸਰੂਪਾਂ ਬਾਰੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਿਤੀ ਸਪਸ਼ਟ ਕਰੇ ਗੋਬਿੰਦ ਸਿੰਘ ਲੋਂਗੋ ਵਾਸਤੇ ਸਥਿਤੀ ਸਪਸ਼ਟ ਕਰਨ ਸਿਰਫ ਇਹ ਹੁਕਮ ਦੇ ਦੇਣੇ ਨੇ ਕਿ ਆਹ ਅਧਿਕਾਰੀ ਸ਼ਾਮਲ ਸੀ ਇਹਦੇ ਖਿਲਾਫ ਸੀ ਆਹ ਕਾਰਵਾਈ ਕਰਦੇ ਆ ਇਹ ਕਾਫੀ ਨਹੀਂ ਹੈ ਕਿਉਂਕਿ 300 ਤੋਂ ਬਾਅਦ ਸਰੂਪ ਸ਼ਰੋਣੀ ਕਮੇਟੀ ਦੇ ਆਪਣੇ ਪ੍ਰੈਸ ਤੋਂ ਲਾਪਤਾ ਹੋ ਗਏ ਤੇ ਸ਼ਰੋਣੀ ਕਮੇਟੀ ਅਜੇ ਤੱਕ ਉਸ ਬਾਰੇ ਕੋਈ ਸਪਸ਼ਟ ਜਵਾਬ ਨਹੀਂ ਦੇ ਰਹੀ ਇਹ ਇੱਕ ਸ਼ਰਮਨਾਕ ਗੱਲ ਵੀ ਹੈ ਤੇ ਅਫਸੋਸਜਨਕ ਵੀ ਸਮਾ ਹੋ ਗਿਆ ਹੁਣ ਇੱਕ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਪੰਜਾਬ ਡਿਸਕਸ਼ਨ ਵਿੱਚ ਹੁਣ ਅਸੀਂ ਗੱਲ ਕਰਾਂਗੇ ਇੱਕ ਨਵੇਂ ਘਟਾਲੇ ਦੀ ਬੀਤੇ ਦਿਨ ਕੈਪਟਨ ਸਰਕਾਰ ਵਿੱਚ ਇੱਕ ਘਟਾਲਾ ਉਜਾਗਰ ਹੋਇਆ ਸੀ ਪੈਨਸ਼ਨ ਸੰਬੰਧੀ ਸਮਾਜਿਕ ਸੁਰੱਖਿਆ ਤਹਿਤ ਜੋ ਪੈਨਸ਼ਨਾਂ ਮਿਲਦੀਆਂ ਉਹ ਸੰਬੰਧੀ ਕਾਲੀ ਸਰਕਾਰ ਵੱਲੋਂ ਇੱਕ ਘਟਾਲਾ ਉਜਾਗਰ ਹੋਇਆ ਸੀ ਪਰ ਹੁਣ ਜੋ ਘਟਾਲਾ ਉਜਾਗਰ ਹੋਇਆ ਕੈਪਟਨ ਸਰਕਾਰ ਦਾ ਆਪਣਾ ਤੇ ਕੋਈ ਬਹੁਤਾ ਪੁਰਾਣਾ ਵੀ ਨਹੀਂ ਪੋਸਟ میٹرਿਕ ਸਕਾਲਰਸ਼ਿਪ ਤਹਿਤ ਕੇਂਦਰ ਤੋਂ ਆਉਂਦਾ ਜੋ ਵਜੀਫਾ ਹੈ ਉਸ ਵਿੱਚ ਘਟਾਲਾ ਸਾਹਮਣੇ ਆਇਆ ਇਸ ਘੁਟਾਲੇ ਵਿੱਚ ਜੋ ਨਾਂ ਗੂੰਜਿਆ ਪੰਜਾਬ ਦੇ ਕੈਬਨਿਟ ਮੰਤਰੀ ਸਾਦੂ ਸਿੰਘ ਧਰਮਸੋਧ ਦਾ ਇਸੇ ਵਿਭਾਗ ਦੇ ਜੋ ਚੀਫ ਅਡੀਸ਼ਨਲ ਸੈਕਟਰੀ ਨੇ ਉਹਨਾਂ ਨੇ ਪੰਜਾਬ ਸਰਕਾਰ ਦੇ ਮੁਖ ਸਕੱਤਰ ਵਿਨੀ ਮਹਾਜਨ ਨੂੰ ਰਿਪੋਰਟ ਭੇਜੀ ਹੈ ਤੇ ਉਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਸ ਵਿੱਚ ਵਿਭਾਗ ਵਿੱਚ ਵੱਡੇ ਪੱਧਰ ਤੇ ਜੋ ਬੇਨਿਜਮੀਆਂ ਉਹ ਸਾਹਮਣੇ ਆਈਆਂ ਤੇ ਲਗਭਗ 33 ਕਰੋੜ ਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਜਿਸ ਬਾਰੇ ਵਿਭਾਗ ਕੋਲੇ ਕੋਈ ਸਪਸ਼ਟ ਫਾਈਲ ਨਹੀਂ ਹੈ ਨਾ ਕੋਈ ਸਬੂਤ ਨਹੀਂ ਹੈ ਕਿ ਉਹ ਤੇ 30 ਕਰੋੜ ਕਿੱਧਰ ਗਿਆ ਇਸ ਤੋਂ ਇਲਾਵਾ ਇਸ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਫਰਵਰੀ ਮਾਰਚ ਦੌਰਾਨ ਕੇਂਦਰ ਤੋਂ ਵੱਡੀ ਗਿਣਤੀ ਵਿੱਚ ਪੈਸਾ ਜੋ ਹੈ ਉਹ ਵਸੂਲ ਕੀਤਾ ਗਿਆ ਸੀ ਇਸ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਉਸ ਵਿੱਚ ਪਹਿਲਾਂ ਵਿਭਾਗ ਵਿੱਚ ਜੋ ਪੈਸੇ ਵੰਡਣ ਦੀ ਜੋ ਪ੍ਰਕਿਰਿਆ ਉਹ ਉਸ ਵਿੱਚ ਸਿੱਧੇ ਤੌਰ ਤੇ ਦਖਲ ਦਿੰਦੇ ਆ ਮੰਤਰੀ ਅਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਆਪਣੇ ਸਾਈਨਾਂ ਤਹਿਤ ਵੱਖ-ਵੱਖ ਨਿੱਜੀ ਕਾਲਜਾਂ ਤੇ ਸੰਸਥਾਨਾਂ ਨੂੰ ਜੋ ਪੈਸੇ ਜਾਰੀ ਕੀਤੇ ਆਪਣੀ ਮਰਜ਼ੀ ਅਨਸਾਰ ਇਸ ਤੋਂ ਇਲਾਵਾ ਹਰ ਵਾਰ ਪੈਸੇ ਜਾਰੀ ਕਰਨ ਲਈ ਇੱਕ ਨਵੀਂ ਫਾਈਲ ਬਣਾਈ ਗਈ ਜਿਸ ਕਰਕੇ ਜੋ ਸਾਰਾ ਜੋ ਡਾਟਾ ਹੈ ਉਹ ਮੇਲ ਨਹੀਂ ਖਾ ਰਿਹਾ ਇਸ ਮਾਮਲੇ ਸੰਬੰਧੀ ਵਿਭਾਗ ਦੇ ਜੋ ਮੰਤਰੀ ਨੇ ਸਾਧੂ ਸਿੰਘ ਧਰਮਸੋਤ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਹੈ ਜੇ ਕੋਈ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਪਰ ਕੁਝ মিডিਆ ਸੂਤਰਾਂ ਦਾ ਦਾਅਵਾ ਹੈ ਕਿ ਇਸ ਵਿਭਾਗ ਦੇ ਜੋ ਡਿਪਟੀ ਡਾਇਰੈਕਟਰ ਨੇ ਉਹ ਮੰਤਰੀ ਦੇ ਕਰੀਬੀ ਨੇ ਤੇ ਵੱਖ-ਵੱਖ ਸੰਸਥਾਵਾਂ ਨੂੰ ਪੈਸਾ ਜਾਰੀ ਕਰਨ ਵੇਲੇ ਮੰਤਰੀ ਪੱਧਰ ਅਤੇ ਸਿਰਫ ਡਿਪਟੀ ਡਾਇਰੈਕਟਰ ਪੱਧਰ ਦੇ ਜੋ ਹਸਤਾਖਰ ਹੈ ਉਹ ਕਰਕੇ ਫਾਈਲਾਂ ਜਾਰੀ ਕੀਤੀਆਂ ਗਈਆਂ ਤੇ ਪੈਸਾ ਜਾਰੀ ਕੀਤਾ ਗਿਆ ਤੇ ਜੋ ਮੁਖ ਸਕੱਤਰ ਪੰਜਾਬ ਸਰਕਾਰ ਦੇ ਨੇ ਵਿਨੀ ਮਹਾਜਨ ਉਹਨਾਂ ਨੂੰ ਜੋ ਰਿਪੋਰਟ ਪ੍ਰਾਪਤ ਹੋਈ ਹੈ ਉਸ ਵਿੱਚ ਜੋ ਘਟਾਲੇ ਦੀ ਰਕਮ ਹੈ ਉਹ ਲਗਭਗ 63 ਕਰੋੜ ਦੱਸੀ ਜਾ ਰਹੀ ਹੈ ਗੱਲ ਕਰਾਂਗੇ NEET ਅਤੇ JEE امتحانات ਦੀ ਜੋ ਹਰ ਸਾਲ ਕੇਂਦਰ ਸਰਕਾਰ ਵੱਲੋਂ ਆਯੋਜਿਤ ਕੀਤੇ ਜਾਂਦੇ ਆ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਇਹ ਜੋ ਟੈਸਟ ਹੈ ਉਹ ਸਰਕਾਰ ਕੇਂਦਰ ਸਰਕਾਰ ਵੱਲੋਂ ਲਿਆ ਜਾਂਦਾ ਹੈ ਪਰ ਕਰੋਨਾ ਦੇ ਚੱਲਦਿਆਂ ਇਸ ਜੋ امتحانات ਨੇ ਦੋਨੇ امتحانات ਨੂੰ ਲੈ ਕੇ ਸਵਾਲੀਆ ਚੰਨ ਖੜੇ ਹੋ ਗਏ ਨੇ ਜੋ ਗੈਰ ਭਾਜਪਾ ਵਾਲੇ ਸੂਬੇ ਨੇ ਉਹਨਾਂ ਦੇ ਮੁੱਖ ਮੰਤਰੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਕਿ ਕਰੋਨਾ ਦੇ ਸੰਕਟ ਸਮੇਂ ਇਹ ਦੋਨੇ ਜੋ امتحانات ਨੇ ਉਹ ਕੇਂਦਰ ਸਰਕਾਰ ਵੱਲ ਲੈਣੇ ਉਚਿਤ ਨਹੀਂ ਕਿਉਂਕਿ ਵਿਦਿਆਰਥੀਆਂ ਦੀ ਜਾਨ ਨੂੰ ਖਤਰੇ 'ਚ ਪਾਇਆ ਜਾ ਰਿਹਾ ਬੀਤੇ ਦਿਨੇ ਸੋਨੀਆ ਗਾਂਧੀ ਨੇ ਕਾਂਗਰਸ ਦੇ ਵੱਖ-ਵੱਖ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਗੱਲਬਾਤ ਕੀਤੀ ਸੀ ਉਸ ਮੀਟਿੰਗ ਵਿੱਚ ਵੀ ਇਹ ਮਾਮਲਾ ਗੁੰਜਿਆ ਸੀ ਅਤੇ ਵੱਖ-ਵੱਖ ਕਾਂਗਰਸੀ ਮੁੱਖ ਮੰਤਰੀਆਂ ਨੇ ਕਿਹਾ ਸੀ ਕਿ NEET ਅਤੇ JEE امتحانات ਬਾਰੇ ਉਹ ਸੁਪਰੀਮ ਕੋਰਟ ਵਿੱਚ ਜਾਣਗੇ ਜਦ ਕੇ ਕੇਂਦਰ ਦੇ ਸਿੱਖਿਆ ਮੰਤਰੀ ਦਾ ਦਾਅਵਾ ਹੈ ਕਿ ਮਾਪੇ ਅਤੇ ਵਿਦਿਆਰਥੀ ਚਾਹੁੰਦੇ ਨੇ ਕਿ ਦੋਨੇ ਇਮਤਿਹਾਨ ਹੋਣ ਉਹਨਾਂ ਨੇ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਇਸ ਸਬੰਧੀ ਲਗਭਗ 10 ਲੱਖ ਵਿਦਿਆਰਥੀ ਇਸ ਦਾਖਲਾ ਪ੍ਰੀਖਿਆ ਸਬੰਧੀ ਫਾਰਮ ਡਾਊਨਲੋਡ ਕਰ ਚੁੱਕੇ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਵਿਦਿਆਰਥੀ ਇਹ ਇਮਤਿਹਾਨ ਦੇਣਾ ਚਾਹੁੰਦੇ ਹੈ ਜਦ ਕੇ ਪੰਜਾਬ ਸਰਕਾਰ ਨੇ ਇਸ ਮਾਮਲੇ ਤੇ ਤਿੱਖਾ ਰੁਖ اختیار ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਅਣਉਚਿਤ ਕਾਰਵਾਈ ਅਤੇ ਅਸੁਰੱਖਿਅਤ ਕਾਰਵਾਈ ਕਰਾਰ ਦਿੱਤਾ। ਉਹਨਾਂ ਕਿਹਾ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘ ਲਾਨੀ ਨੇ ਕਿਹਾ ਕਿ ਕੈਪਟਨ ਮਰਿੰਦਰ ਸਿੰਘ ਦੇ ਆਦੇਸ਼ਾਂ ਤੇ ਪੰਜਾਬ ਸਰਕਾਰ ਹੁਣ ਇਨ੍ਹਾਂ امتحانات ਦੀ ਜੋ ਮਿੱਤੀ ਹੈ ਉਹਨਾਂ ਖਿਲਾਫ ਸੁਪਰੀਮ ਕੋਰਟ ਚ ਪਹੁੰਚ ਕਰੇਗੀ ਕਿਉਂਕਿ امتحانات ਸਤੰਬਰ ਵਿੱਚ ਹੋਣ ਜਾ ਰਹੇ ਹੈ। ਤੇ ਕੈਪਟਨ ਮਰਿੰਦਰ ਸਿੰਘ ਦਾ ਦਾਵਾ ਹੈ ਕਿ ਸਤੰਬਰ ਵਿੱਚ ਜੋ ਕਰੋਨਾ ਉਹ ਆਪਣੇ ਸਿਖਰ ਤੇ ਹੋਵੇਗਾ ਤਾਂ ਜਿਹੇ ਸਮੇਂ ਲੱਖਾਂ ਵਿਦਿਆਰਥੀਆਂ ਨੂੰ ਜੋ ਜਾਨ ਜੋਖਮ ਚ ਪਾ ਕੇ ਇਹ ਇਮਤਿਹਾਨ ਉਹਦੇ ਨੇ ਪੈਣਗੇ ਤੇ ਇਸ ਸੰਬੰਧੀ ਕੋਈ ਵੀ ਉਚਿਤ ਪਰਮੰਨ ਪ੍ਰਬੰਧ ਹੈ ਜੋ ਉਹਨਾਂ ਦੀ ਰਹਿ ਸੰਬੰਧੀ ਜਾਂ ਬਾਜ਼ਾਈ ਸੰਬੰਧੀ ਹੋਏ ਤੱਕ ਇਹਨਾਂ ਸਰਕਾਰ ਵੱਲੋਂ ਕੋਈ ਖਾਸ ਰੂਪਰੇਖਾ ਨਹੀਂ ਐਲਾਨੀ ਗਈ ਤਾਂ ਉਹਨਾਂ ਨੇ ਵਿਜੇਂਦਰ ਸਿੰਘ ਲਾ ਨਹੀਂ ਕਿਹਾ ਕਿ ਇਸ ਫੈਸਲੇ ਸੰਬੰਧੀ ਪੰਜਾਬ ਸਰਕਾਰ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਦਾ ਰੋਖ ਇਕਤਿਆਰ ਕਰੇਗੀ ਸੁਪਰੀਮ ਕੋਰਟ ਜਾਣ ਦੀ ਤਿਆਰੀ ਪੰਜਾਬ ਸਰਕਾਰ ਕਰ ਚੁੱਕੀ ਹੈ ਇਸ ਤੋਂ ਇਲਾਵਾ ਕੁਝ ਹੋਰ ਕਾਂਗਰਸੀ ਮੁੱਖ ਮੰਤਰੀਆਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਹੈ ਕਿ ਜਦੋਂ ਕਰੋਨਾ ਦਾ ਕਹਿਰ ਪੂਰੇ ਭਾਰਤ ਵਿੱਚ ਜ਼ੋਰਾਂ ਤੇ ਹੈ ਤਾਂ ਅਜਿਹੇ ਵਿੱਚ ਅਜਿਹੇ امتحانات ਦਾ ਆਯੋਜਨ ਕਰਨਾ ਜਿਨ੍ਹਾਂ ਵਿੱਚ ਲੱਖਾਂ ਉਦਾਰਥੀਆਂ ਨੇ ਬੈਠਣਾ ਤਾਂ ਇਹ ਇਹਨਾਂ ਦੇ ਜਾਨ ਜੋਖਮ 'ਚ ਪਾਉਣ ਵਾਲੀ ਗੱਲ ਹੋਵੇਗੀ ਇਸ ਸਬੰਧੀ ਕੋ ਸਿੱਖਿਆ ਮਾਰਨ ਦਾ ਵੀ ਇਹ ਵੀ ਕਹਿਣਾ ਕਿ ਇਹਨਾਂ ਪ੍ਰੀਖਿਆਵਾਂ ਨੂੰ ਰੱਦ ਕਰਕੇ ਅੱਗੇ ਪਾਇਆ ਜਾ ਸਕਦਾ ਹੈ ਜਾਂ ਵਿਦਿਆਰਥੀਆਂ ਦੀ ਜੋ ਪਿਛਲੀ ਪਰਫਾਰਮੈਂਸ ਹੈ ਉਸ ਦੇ ਆਧਾਰ ਤੇ ਉਹਨਾਂ ਨੂੰ ਤਰੱਕੀ ਦੇਖ ਕੇ ਉਹਨਾਂ ਨੂੰ ਸਿਲੇਕਟ ਕੀਤਾ ਜਾ ਸਕਦਾ ਹੈ ਸੋ ਆਉਣ ਵਾਲੇ ਦਿਨਾਂ ਵਿੱਚ ਜੀਏਈ ਅਤੇ ਨੀਟ ਪ੍ਰੀਖਿਆ ਦੇ ਮਾਮਲੇ ਤੇ ਪੰਜਾਬ ਵਰਸਸ ਕੇਂਦਰ ਸਾਨੂੰ ਆਮੋ ਸਾਹਮਣੇ ਵੇਖਣ ਨੂੰ ਮਿਲਣਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਿਪਾਈ ਦਾ ਮਸਲਾ ਹੁਣ ਕੈਨੇਡਾ ਵਿੱਚ ਵੀ ਚਰਚਾ ਵਿੱਚ ਹੈ ਕੈਨੇਡਾ ਦੇ ਤੋਂ ਨਿਵਾਸੀ ਰੇਪੂਦਰਮਨ ਸਿੰਘ ਮਾਲਕ ਅਤੇ ਬਲਵੰਤ ਸਿੰਘ ਪੰਦੇਰ ਜੋ ਆਪਣੇ ਪਦਅਤੇ ਸਤਨਾ ਮਰਲੇਜੀ ਸੋਸਾਇਟੀ ਬ੍ਰਿਟਿਸ਼ ਕਲੰਬੀਆ ਵਿਖੇ ਚਲਾਉਂਦੇ ਨੇ ਉਹਨਾਂ ਵੱਲੋਂ ਗੁਰੂਗ੍ਰੰਥ ਸਾਹਿਬ ਦੇ ਸਰੂਪ ਪਛਾਪੇ ਜਾ ਰਹੇ ਨੇ ਇਸ ਦਾ ਸਖਤ ਨੋਟਿਸ ਬ੍ਰਿਟਿਸ਼ ਕਲੰਬੀਆ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਇਸ ਤੋਂ ਬਾਅਦ ਇਹ ਮਾਮਲਾ ਕਾਲ ਤਖਤ ਸਾਹਿਬ ਵਿਖੇ ਵੀ ਪੁੱਜਿਆ ਅਤੇ ਬਿਤੇ ਦਿਨੀ ਹੋਈ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਵਿੱਚ ਇਹ ਮਾਮਲਾ ਵਿਚਾਰਿਆ ਗਿਆ ਤੇ ਇਸ ਸੰਬੰਧੀ ਇੱਕ ਵਿਸ਼ੇਸ਼ ਤੌਰ ਤੇ ਹੁਕਮ ਇਹਨਾਂ ਦੋਨਾਂ ਵਿਅਕਤੀਆਂ ਲਈ ਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ ਕਿਉਂਕਿ ਕੁਝ ਸਾਲ ਪਹਿਲਾਂ ਇਹ ਫੈਸਲਾ ਹੋਇਆ ਸੀ ਗਲਤਖਸਾਹ ਵੱਲੋਂ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਸਿਪਾਈ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਸਕਦੀ ਹੈ ਭਾਰਤ ਤੋਂ ਬਾਹਰ ਜਾਂ ਕਿਸੇ ਵੀ ਹੋਰ ਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਸਿਪਾਈ ਨਹੀਂ ਹੋ ਸਕਦੇ ਇਸ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਕੈਨੇਡਾ ਨਿਵਾਸੀ ਰਿਪੋਧਮਨ ਸਿੰਘ ਮਾਲਿਕ ਅਤੇ ਬਲਵੰਤ ਸਿੰਘ ਪੰਦੇਰ ਨੇ ਆਪਣੇ ਪੱਧਰ ਤੇ ਇੱਕ ਵਿਸ਼ੇਸ਼ ਪ੍ਰੈਸ ਲਾ ਕੇ ਬ੍ਰਿਸ਼ ਕੋਲੰਬੀਆ ਵਿੱਚ ਗੁਰੂਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਜੋ ਸ਼ਿਪਾਈ ਹੈ ਉਹ ਆਰੰਭ ਕਰ ਦਿੱਤੀ ਸੀ ਇਸ ਤੋਂ ਬਾਅਦ ਬ੍ਰਿਸ਼ ਕੋਲੰਬੀਆ ਦੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੋ ਸਾਂਝੇ ਰੂਪ ਵਿੱਚ ਹੈ ਵੱਖ-ਵੱਖ ਗੁਰਦੁਆਰੇ ਉਸ ਵਿੱਚ ਹਿੱਸਾ ਲੈਂਦੇ ਨੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਅਤੇ ਇਹ ਪੂਰਾ ਮਾਮਲਾ ਮੀਡੀਆ ਦੇ ਰੂਬਰੂ ਕੀਤਾ ਅਤੇ ਕਾਲ ਤੱਕ ਸਾਬ ਦੇ ਧਿਆਨ ਵਿੱਚ ਲਿਆਂਦਾ ਇਸ ਤੋਂ ਬਾਅਦ ਕਾਲ ਤੱਕ ਸਾਬ ਨੇ ਹੁਕਮ ਨਾਮ ਜਾਰੀ ਕਰਦੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਨਾ ਕੀਤੀ ਜਾਵੇ। ਉਹਨਾਂ ਦੋਨਾਂ ਵਿਅਕਤੀਆਂ ਨੂੰ 1 ਮਹੀਨੇ ਅੰਦਰ ਆਪਣਾ ਸਪਸ਼ਟਿਕਰਨ ਦੇਣ ਲਈ ਕਿਹਾ ਗਿਆ ਅਕਾਲ ਤਖਤ ਸਾਹਿਬ ਤੇ ਇਸ ਤੋਂ ਇਲਾਵਾ ਸਖਤ ਹੁਕਮ ਦਿੰਿਆ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਗੁਰੂਗ੍ਰਾਮ ਸਾਹਿਬ ਦੇ ਪਵਨ ਸਰੂਪਾਂ ਦੀ ਸਿਪਾਈ ਜੋ ਕੈਨੇਡਾ ਦੇ ਬ੍ਰਿਸ਼ਟ ਕੋਲੰਬੀਆ ਵਿੱਚ ਇਹਨਾਂ ਦੋਨਾਂ ਵਿਅਕਤੀਆਂ ਵੱਲੋਂ ਕੀਤੀ ਜਾ ਰਹੀ ਹੈ ਇੱਕ ਆਪਣੀ ਸੰਸਥਾ ਦੁਆਰਾ ਉਸ ਨੂੰ ਰੋਕਿਆ ਜਾਵੇ। ਇਸ ਤੋਂ ਇਲਾਵਾ ਇਹਨਾਂ ਦੋਨਾਂ ਵਿਅਕਤੀਆਂ ਨੂੰ ਆਦੇਸ਼ ਦਿੱਤਾ ਗਿਆ ਕਿ ਜਿੰਨੇ ਵੀ ਸਰੂਪ ਉਹਨਾਂ ਨੇ ਹੁਣ ਤੱਕ ਛਾਪੇ ਹੈ ਉਹ ਗੁਰਦੁਆਰਾ ਗੁਰਨਾਨਕ ਸੁਸਾਇਟੀ ਡੈਲਟਾ ਸਰੀ ਮਿਸ਼ ਕੋਲੰਬੀਆ ਵਿਖੇ ਪਹੁੰਚਾਇਆ ਜਾਣ ਉਥੋਂ ਦੀ ਗੁਰਦੁਆਰਾ ਕਮੇਟੀ ਨੂੰ ਹਦਾਇਤ ਦਿੱਤਾ ਗਿਆ ਕਿ ਇਨ੍ਹਾਂ ਸਰੂਪਾਂ ਦੀ ਪਾਵਣ ਕੋਖ ਕੀਤੀ ਜਾਵੇ ਦਰਸ਼ਨ ਵਿਚਾਰ ਕੀਤੀ ਜਾਵੇ ਭਾਵ ਇਹ ਸਰੂਪ ਚੈੱਕ ਕੀਤੇ ਜਾਣ ਕਿ ਇਸ ਵਿੱਚ ਕੋਈ ਬਾਧਕਾਟ ਤਾਂ ਨਹੀਂ ਹੋਈ ਤੇ ਇਸ ਸੰਬੰਧੀ ਇਨ੍ਹਾਂ ਸਰੂਪਾਂ ਦੀ ਪ੍ਰਮਾਣਿਕਤਾ ਲਈ ਜੋ ਰਿਪੋਰਟ 6 ਮਹੀਨਿਆਂ ਵਿੱਚ ਅਕਾਲ ਤਖਤ ਨੂੰ ਸੌਂਪੀ ਜਾਵੇ ਇਹ ਮੰਗ ਵੱਖ-ਵੱਖ ਸਮਿਆਂ ਤੇ ਉੱਠਦੀ ਰਹੀ ਹੈ ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਹਨ ਪਰਮਜੀਤ ਸਿੰਘ ਸਰਨਾ ਉਹਨਾਂ ਵੇਲੇ ਵੀ ਇਹ ਮੰਗ ਉੱਠੀ ਸੀ ਕਿ ਉਹ ਦਿੱਲੀ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀ ਆਪਣੀ ਪ੍ਰੈਸ ਲਗਾ ਕੇ ਸਰੂਪ ਛਾਪਣਾ ਚਾਹੁੰਦੇ ਆ ਇਸ ਤੋਂ ਬਾਅਦ ਵੀ ਵੱਡਾ ਵਿਵਾਦ ਖੜਾ ਹੋਇਆ ਸੀ ਇਸ ਤੋਂ ਇਲਾਵਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇੱਕ ਵਾਰ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਵੀ ਪਾਵਨ ਸਰੂਪ ਛਾਪਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਵੱਖ-ਵੱਖ ਸਮਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਇਹ ਮਸਲੇ ਸੁਲਝਾ ਲਏ ਜਾਂਦੇ ਆ ਪਰ ਇਸ ਵਾਰ ਕੈਨੇਡਾ ਵਿੱਚ ਇਹਨਾਂ ਦੋਨੋਂ ਵਿਅਕਤੀਆਂ ਨੇ ਆਪਣੀ ਪ੍ਰੈਸ ਲਗਾ ਕੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਜੋ ਸ਼ਿਪਾਈ ਹੈ ਉਹ ਵੀ ਆਰੰਭ ਕਰ ਦਿੱਤੀ ਸੀ ਇਹਨਾਂ ਦੋਨੋਂ ਵਿਅਕਤੀਆਂ ਦਾ ਪੱਖ ਇਹ ਵੀ ਹੈ ਕਿ ਜਦੋਂ ਇੰਡੀਆ ਤੋਂ ਪਾਵਨ ਸਰੂਪ ਕੈਨੇਡਾ ਜਾਂ ਕਿਸੇ ਹੋਰ ਵਿਦੇਸ਼ ਵਿੱਚ ਭੇਜੇ ਜਾਂਦੇ ਆ ਤਾਂ ਰਹਿਤ ਮਰਿਆਦਾ ਦਾ ਉਲੰਘਣ ਹੁੰਦਾ ਇਸ ਲਈ ਵੱਖ-ਵੱਖ ਦੇਸ਼ਾਂ ਵਿੱਚ ਇਹ ਸਹੂਲਤ ਹੋਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸ਼ਾਪੇ ਜਾਣ ਹਾਲਾਂਕਿ ਇਸ ਬਾਰੇ ਆਖਰੀ ਫੈਸਲਾ ਅਕਾਲ ਤਖਤ ਸਾਹਿਬ ਅਤਿ ਸ਼ਰੋਣੀ ਕਮੇਟੀ ਨੇ ਲੈਣਾ ਆਦੇ ਹਾਲ ਦੀ ਘੜੀ ਰਿਪੋਧਮਨ ਸਿੰਘ ਮਾਲਕ ਅਤੇ ਬਲਵੰਤ ਸਿੰਘ ਪੰਦੇਰ ਅਤੇ ਬ੍ਰਿਸ਼ ਕਲੰਬੀਆ ਦੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਸ ਮੁੱਦੇ ਨੂੰ ਲੈ ਕੇ ਆਮੋ ਸਾਹਮਣੇ ਨੇ ਬੀਤੇ ਦਿਨ ਰਿਪੋਧਮਨ ਸਿੰਘ ਮਾਲਕ ਅਤੇ ਜੋ ਦੂਸਰਾ ਵਿਅਕਤੀ ਹੈ ਉਹਨਾਂ ਦੀ ਰਾਇਸ਼ ਤੇ ਬਾਅਦ ਬ੍ਰਿਸ਼ ਕਲੰਬੀਆ ਦੀ ਸਿੱਖ ਸੰਗਤ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੋ ਸਿੱਖ ਕਾਉਂਸਲ ਹੈ ਬ੍ਰਿਸ਼ ਕਲੰਬੀਆ ਦੀ ਸਿੱਖ ਗੁਰਦੁਆਰਾ ਕਾਉਂਸਲ ਉਹਨਾਂ ਨੇ ਇੱਕ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਹਾਲ ਦੀ ਘੜੀ ਇਹ ਮਾਮਲਾ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਸੁਰਖੀਆਂ ਬਟੋਰ ਰਹੀਆਂ ਇਸ ਬਾਰੇ ਸਿੱਖ ਸੰਗਤ ਦੇ ਆਪੋ ਆਪਣੇ ਅਲੱਗ-ਅਲੱਗ ਵਿਚਾਰ ਨੇ ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕਾਉਂਸਲ ਇਹਨਾਂ ਸਰੂਪਾਂ ਨੂੰ ਵਾਪਸ ਜੋ ਹੈ ਜੋ ਨਾ ਦੋਨੇ ਵਿਅਕਤੀ ਵੱਲੋਂ ਛਾਪੇ ਗਏ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਉਣ ਦਾ ਯਤਨ ਕਰ ਰਹੀ ਹੈ ਅਤੇ ਕਾਲ ਤੱਕ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਲਗਭਗ ਇਹ ਸਪਸ਼ਟ ਹੈ ਕਿ ਇਹਨਾਂ ਸਰੂਪਾਂ ਦੀ ਛਪਾਈ ਰੁਕ ਜਾਵੇਗੀ ਅਤੇ ਜੋ ਉਹਨਾਂ ਦੋਨਾਂ ਵਿਅਕਤੀ ਮਿਲੂ ਆਪਣੇ ਪਦਰ ਤੇ ਸੂਪ ਛਾਪੇ ਗਏ ਆ ਉਹ ਜਲਦੀ ਹੀ ਗੁਰਦੁਆਰਾ ਜੋ ਡੈਲਟਾ ਸਰਈ ਸਾਹਿਬ ਹੈ ਉੱਥੇ ਪਹੁੰਚ ਜਾਣਗੇ ਤੇ ਜਾਂਦੇ ਜਾਂਦੇ ਗੱਲ ਕਰਾਂਗੇ ਪੰਜਾਬ ਦਾਨ ਸਰਵਾ ਦੇ ਵਿਸ਼ੇਸ਼ اجلاس ਦੀ ਜੋ ਸਿਰਫ ਇੱਕ ਦਿਨ ਹੋਣਾ ਨਾ ਸਿਰਫ ਇੱਕ ਦਿਨ ਲਗਭਗ ਕੁਝ ਘੰਟੇ ਹੋਣਾ ਦਰਸ਼ਕ ਵੀ ਜਾਨਣਾ ਚਾਹੁੰਦੇ ਹੋਣਗੇ ਕਿ ਆਖਰ ਇਸ ਦੀ ਲੋੜ ਵੀ ਕੀ ਹੈ ਕਿ ਕੁਝ ਘੰਟੇ ਉੱਥੇ ਕੋਈ ਐਮਐਲਏ ਬੈਠਣਗੇ ਕੋਈ ਖਾਸ ਮੁੱਦਾ ਨਹੀਂ ਵਿਚਾਰਿਆ ਜਾਣਾ ਕੋਈ ਖਾਸ ਡਿਬੇਟ ਨਹੀਂ ਹੋਣੀ ਪਰ ਕਾਨੂੰਨੀ ਤੌਰ ਤੇ 6 ਮਹੀਨਿਆਂ ਬਾਅਦ ਵਿਧਾਨ ਸਭਾ ਦੀ ਜੋ اجلاس ਬੈਠਕ ਹੈ ਉਹ ਹੋਣੀ ਜ਼ਰੂਰੀ ਹੈ ਤਾਂ ਇੱਕ ਕਾਨੂੰਨੀ ਦਾਅ ਪੇਸ਼ ਨੂੰ ਇਸੇਰੇ ਚਾੜਨ ਲਈ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ اجلاس ਹੋਣ ਜਾ ਰਿਹਾ ਪਰ ਇਸ ਦਰਮਿਆਨ ਕੋਰੋਨਾ ਦਾ ਕਹਿਰ ਹੈ ਉਹ ਪੰਜਾਬ ਸਰਕਾਰ ਤੇ ਵੀ ਟੁੱਟਿਆ ਹੋਇਆ ਤੇ ਲਗਭਗ 23 ਵਿਧਾਇਕ ਜੋ ਮੌਜੂਦਾ ਵਿਧਾਇਕ ਨੇ ਪੰਜਾਬ ਸਰਕਾਰ ਚ ਕੁਝ ਕਾਲੀ ਦਲ ਦੇ ਕਾਂਗਰਸੀ ਅਤੇ ਆਪ ਦੇ ਵਿਧਾਇਕੋ ਕਰੋਨਾ ਪੋਜ਼ੀਟਿਵ ਨੇ ਇਸ ਤੋਂ ਇਲਾਵਾ ਚਾਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਕਰੋਨਾ ਪੋਜ਼ੀਟਿਵ ਨੇ ਇਸ ਤੋਂ ਬਾਅਦ ਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਇਸ ਬੰਦ ਸਥਿਤੀ ਸਪਸ਼ਟ ਕਰਨ ਲਈ ਇੱਕ ਬੇਨਤੀ ਪੱਤਰ ਲਿਖਿਆ ਸੀ ਤਾਂ ਸਪੀਕਰ ਨੇ ਇਸ ਮਾਮਲੇ ਤੇ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਜੋ ਵੀ ਕਰੋਨਾ ਪੋਜ਼ੀਟਿਵ ਵਿਧਾਇਕ ਜਾਂ ਮੰਤਰੀ ਹੈ ਉਸ ਨੂੰ ਇਹ ਛੋਟ ਹੋਵੇਗੀ ਕਿ ਉਹ ਵਿਧਾਨ ਸਭਾ ਇਤਲਾਸ ਵਿੱਚ ਹਿੱਸਾ ਨਾ ਲਵੇ ਪਰ ਆਮ ਲੋਕਾਂ ਦੇ ਜੋ ਸਵਾਲ ਨੇ ਮੁੱਦੇ ਨੇ ਉਹ ਬਿਲਕੁਲ ਪਛੜ ਕੇ ਰਹਿ ਗਏ ਨੇ ਬੇਸ਼ੱਕ ਇਸ ਵਕਤ ਜੋ ਕਰੋਨਾ ਮਹਾਂਮਾਰੀ ਦਾ ਅਸਰ ਹੈ ਪੂਰੀ ਦੁਨੀਆ ਵਿੱਚ ਹੈ ਇਸ ਦਾ ਅਸਰ ਪੰਜਾਬ ਵਿਧਾਨ ਸਭਾ ਤੇ ਵੀ ਹੈ ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕਾਂਗਰਸ ਤੇ ਇਲਜ਼ਾਮ ਲਾ ਚੁੱਕਿਆ ਹੈ ਕਿ ਲੋਕ ਮੱਦੇਨ ਦਬਾਉਣ ਲਈ ਕਾਂਗਰਸ ਪਾਰਟੀ ਜਾਣ ਬੁੱਝ ਕੇ ਸਿਰਫ ਇੱਕ ਦਿਨ ਦਾ اجلاس ਬੁਲਾ ਰਹੀ ਹੈ ਲਗਭਗ ਇਹ اجلاس ਕਈ ਦਿਨਾਂ ਦਾ ਹੋਣਾ ਚਾਹੀਦਾ ਕਾਲੇ ਦਲ 8 ਜਾਂ 10 ਦਿਨਾਂ ਦੀ ਮੰਗ ਕਰਦਾ ਪਰ ਹਾਸੋਈਣੀ ਗੱਲ ਇਹ ਹੈ ਕਿ ਕਾਲੀ ਸਰਕਾਰ ਸਮੇਂ ਵੀ ਇਜਲਾਸ ਸਿਰਫ ਜੋ 2 ਜਾਂ 3 ਦਿਨ ਦਾ ਹੁੰਦਾ ਸੀ ਪਰ ਹਾਲ ਦੀ ਘੜੀ ਆਮ ਲੋਕਾਂ ਦੇ ਜੋ ਮੁੱਦੇ ਚੁੱਕਣ ਵਾਲੀ ਗੱਲ ਹੈ ਉਹ ਕਿਤੇ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀ ਖੈਰ ਸਮਾਂ ਹੋ ਗਿਆ ਤੁਹਾਡੇ ਤੋਂ ਅਜ਼ਾਸ ਲੈਣ ਦਾ ਅਗਲੇ ਹਫਤੇ ਨਵੀਂ ਅਪਡੇਟ ਨਵੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤੁਸੀਂ ਸਾਡੇ ਨਾਲ YouTube ਤੇ ਜੁੜ ਸਕਦੇ ਹੋ ਪੰਜਾਬ ਸਟਾਰ ਟੀਵੀ ਦਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਦਿਓ ਆ ਗਿਆ ਧੰਨਵਾਦ